ਨੌਲੀ ਮਾਜਰਾ ਇੱਥੇ ਆਨੰਦ ਕਾਰਜ ਹੋਣੇ ਆ ਪਹਿਲਾਂ ਟਿੱਕੀ ਗੋਲ ਗੱਪੇ ਨਿਊਡਲ ਜੋ ਮਰਜ਼ੀ ਛਕੋ ਛਕਾਓ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਜੀ APS ਪਰਮ ਚੈਨਲ ਤੇ ਮੈਂ ਹਾਂ ਜੀ ਪਰਮਪ੍ਰੀਤ ਸਿੰਘ। ਅੱਜ ਦਾ ਵਲੋਗ ਕਰਦੇ ਹਾਂ ਜੀ ਸ਼ੁਰੂ। ਅੱਜ ਹੈਗਾ ਜੀ ਐਤਵਾਰ ਤੇ ਬਹੁਤ ਟਾਈਮ ਬਾਅਦ ਅਸੀਂ ਲੱਗੇ ਹਾਂ ਵਲੋਗ ਬਣਾਉਣ। ਜਿੱਦਾਂ ਤੁਹਾਨੂੰ ਪਤਾ ਕਿ ਹੁਣ ਸਰਾਦ ਲੰਘ ਗਏ ਆ ਤੇ ਵਿਆਹਾਂ ਦੇ ਸੀਜ਼ਨ ਸ਼ੁਰੂ ਹੋ ਗਏ। ਜਿਹੜਾ ਹੁਣ ਸੀਜ਼ਨ ਸ਼ੁਰੂ ਹੋਇਆ ਤੇ ਇਸ ਵਾਰ ਇਸ ਸੀਜ਼ਨ ਦਾ ਪਹਿਲਾ ਵਿਆਹ ਸਾਡੇ ਗੁਆਂਢੀਆਂ ਦੇ ਲੜਕੀ ਹੈ ਨਾ, ਉਹਨਾਂ ਦਾ ਵਿਆਹ ਹੈ ਅੱਜ। ਤੇ ਅੱਜ ਜਿਹੜਾ ਉਹਨਾਂ ਬਰਾਤ ਹੈ ਉਹ ਹੈਗਾ ਸੰਦੋਹਗੜ੍ਹ, ਉੱਥੇ ਇਹਨਾਂ ਦੇ ਪੈਲਸ ਦੇ ਵਿੱਚ ਵਿਆਹ ਹੈ ਤੇ ਉੱਥੇ ਚੱਲੇ ਹਾਂ। ਤਿਆਰ ਅਸੀਂ ਹੋ ਗਏ, ਮੈਂ ਹੁਣ ਸਨਪ੍ਰੀਤ ਦੀ ਵੇਟ ਕਰ ਰਿਹਾ। ਇੱਥੋਂ ਸੰਦੋਹਗੜ੍ਹ ਮੈਨੂੰ ਲੱਗਦਾ ਪੈ ਜਾਣਾ, ਆਨੰਦਪੁਰ ਸਾਹਿਬ ਤੋਂ ਘੰਟੇ ਦਾ ਰਸਤਾ ਪੈ ਜਾਣਾ। ਇਹ ਨੰਗਲ ਵੱਲ ਤੋਂ ਵੀ ਜਾ ਸਕਦੇ ਹਾਂ, ਅਸੀਂ ਝੱਜ ਚੌਂਕ ਵੱਲੋਂ ਵੀ ਅਸੀਂ ਚੱਲਾਂਗੇ ਝੱਜ ਚੌਂਕ ਵੱਲੋਂ। ਲਓ ਜੀ, ਸ਼ਗਨ ਵਾਲਾ ਕਾਰਡ ਹੈ ਉਹ ਵੀ ਰੇਡੀ ਕਰ ਲਿਆ ਅਤੇ ਉੱਧਰੋਂ ਵਿਆਹ ਵਾਲਾ ਕਾਰਡ ਹੈ ਉਹ ਵੀ ਰੱਖ ਲਿਆ ਕੋਲ। ਫਿਰ ਐਂ ਨਾ ਉੱਥੇ ਜੇ ਪੈਲਸ ਜਾਣਾ ਹੋਵੇ ਤਾਂ ਹੋਰ ਡਰੈਸ ਵਗੈਰਾ ਤਾਂ ਸੌਖਾ ਹੋ ਜਾਂਦਾ ਫਿਰ। ਅਤੇ ਉੱਧਰ ਸਨਪ੍ਰੀਤ ਵੀ ਆ ਰਹੀ ਹੈ ਅਤੇ ਨਾਲ ਸਾਡੇ ਜਸ਼ਨ ਹੈ ਮੁੰਡਾ, ਉਹ ਵੀ ਜਾ ਰਿਹਾ। ਇਹਨਾਂ ਨੂੰ ਪਤਾ ਨਹੀਂ ਹੈ ਕਿ ਮੈਂ ਇੱਥੇ ਖੜ੍ਹਾ। ਲਓ ਜੀ, ਸਨਪ੍ਰੀਤ ਹੁਣੀ ਆ ਗਏ, ਤਿਆਰ ਹੋ ਗਏ, ਉੱਧਰ ਜਸ਼ਨ ਵੀ ਆ ਗਿਆ, ਤਿਆਰ ਰੇਡੀ ਹੈ। ਚੱਲੀਏ, ਇਹਨੂੰ ਤੈਨੂੰ ਰਸਤੇ ਦਾ ਪਤਾ ਹੈਨਾ, ਇਹ ਜਾਂਦਾ ਰਹਿੰਦਾ ਉੱਧਰ ਨੂੰ ਤਾਂ ਇਹਨੂੰ ਪਤਾ। ਸਵੇਰੇ ਅੱਜ ਬਹੁਤ ਮੀਂਹ ਪੈ ਗਿਆ ਸੀਗਾ, ਮੌਸਮ ਠੰਡਾ ਹੋ ਗਿਆ ਅਤੇ ਹੁਣ ਚੜ ਗਈ ਹੈ ਧੁੱਪ ਅਤੇ ਸਿੱਧੇ ਨੂੰ ਚੱਲ ਜਾਈਏ ਨੰਗਲ ਅਤੇ ਅਸੀਂ ਚੱਲਾਂਗੇ ਹੁਣ ਝੱਜ ਚੌਂਕ ਵੱਲੋਂ। ਜਸ਼ਨ ਨੇ ਵੀ ਸਾਨੂੰ ਕਿਹਾ ਤਾ ਅਤੇ ਉੱਧਰੋਂ ਕਹਿੰਦੇ ਬਿਲਕੁਲ ਸਿੱਧਾ ਹੈ, ਨੇੜੇ ਹੈ, ਨਾਲੇ ਟ੍ਰੈਫਿਕ ਘੱਟ ਹੈ। ਨੰਗਲ ਵਾਲੀ ਸਾਈਡ ਵੱਲੋਂ ਚੱਲੋਗੇ ਤਾਂ ਟ੍ਰੈਫਿਕ ਹਜੇ ਵੀ ਹੈਗੀ ਹੈ ਉੱਥੇ ਥੋੜ੍ਹੀ ਨਾ। ਮੈਨੂੰ ਨਾ ਗੱਡੀ ਦੇ ਵਿੱਚ ਹਵਾ ਘੱਟ ਲੱਗਦੀ ਸੀ, ਮੈਂ ਕਿਹਾ ਹਵਾ ਭਰਾ ਲਈ ਹੈ, ਹਵਾ ਵੀ ਭਰਾ ਲਈ, ਤੇਲ ਵੀ ਭਰਾ ਲਿਆ ਐਨ ਕੰਮ। ਇਹ ਹੈ ਜੀ ਗੁਰਦੁਆਰਾ ਸਾਹਿਬ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਸਨੌਲੀ ਮਾਜਰਾ। ਇੱਥੇ ਆਨੰਦ ਕਾਰਜ ਹੋਣੇ ਆ ਪਹਿਲਾਂ, ਫਿਰ ਅਸੀਂ ਕਿਹਾ ਪਹਿਲਾਂ ਗੁਰਦੁਆਰਾ ਸਾਹਿਬ ਜਾਇਆ ਜੀ, ਆਨੰਦ ਕਾਰਜ ਹਾਲ ਜੀ ਭਰਿਆ ਜੀ, ਫਿਰ ਚੱਲਦੇ ਹਾਂ ਪੈਲਸ। ਆਨੰਦ ਕਾਰਜ ਹੋ ਗਏ ਜੀ ਅਤੇ ਸੰਗਤ ਹਜੇ ਅੰਦਰ ਬੈਠੀ ਹੈ। ਮੈਨੂੰ ਤਾਂ ਫਿਰ ਭੁੱਖ ਲੱਗ ਗਈ ਸੀ, ਮੈਂ ਕਿਹਾ ਚੱਲ ਚਾਹ ਪਾਣੀ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਨਾ, ਮੈਂ ਕਿਹਾ ਚਾਹ ਪਾਣੀ ਪੀ ਆਈਏ। ਨਾਲੇ ਇੱਥੇ ਬਹੁਤ ਵਧੀਆ ਹੈ ਵੀ ਜਿਹੜਾ ਸੰਗਤ ਵੀ ਅੰਦਰ ਬੈਠੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਅਤੇ ਨਾਲੇ ਇੱਥੇ ਲੰਗਰ ਦੇ ਵਿੱਚ ਪੈਣਾ ਐਨ ਪੂਰਾ। ਜਸ਼ਨ ਕਿੱਦਾਂ ਖਾ ਲਿਆ? ਹੈਂ, ਮੈਂ ਕਿਹਾ ਜਸ਼ਨ ਨੂੰ ਭੁੱਖ ਨਾ ਲੱਗ ਗਈ ਹੋਵੇ ਕਿਤੇ, ਐਂ ਜਸ਼ਨ ਵੀ ਇੰਨਾ ਟਾਈਮ ਅੰਦਰ ਬਹਿ ਜੂੰਗਾ। ਥੱਕ ਜਾਂਦਾ ਫਿਰ, ਕੋਈ ਨਹੀਂ ਹੁਣ ਪੈਲਸ। ਲਓ ਜੀ, ਅਸੀਂ ਆ ਗਏ ਹੁਣ ਸੰਦੋਹਗੜ੍ਹ ਦੇ ਪੈਲਸ, ਪੈਲਸ ਦਾ ਨਾਮ ਹੈ ਜੀ ਸਿਲਵਰ ਰੌਕਸ। ਇੱਥੇ ਆ ਗਏ, ਇਹਨੂੰ ਅਸੀਂ ਕਾਫੀ ਟਾਈਮ ਦਾ ਲੱਭ ਰਹੇ ਸੀ ਕਿੱਥੇ ਹੈ ਕਿੱਥੇ ਹੈ ਕਿੱਥੇ ਹੈ। ਪੈਲਸ ਦੀ ਪਾਰਕ ਦੇ ਵਿੱਚ ਅਸੀਂ ਗੱਡੀ ਲਗਾ ਤੀ ਹੈ। ਪੈਲਸ ਦਾ ਨਾਮ ਹੈਗਾ ਸਿਲਵਰ ਰੌਕਸ ਪੈਲਸ, ਹੈ ਨਾ, ਇਹੀ ਨਾਮ ਹੈ ਨਾ। ਤੁਸੀਂ ਕਿਤੇ ਲੋਕਲ ਹੈਗਾ, ਕਿੱਥੋਂ ਆਏ? ਲੋਕਲ ਤੁਸੀਂ? ਚੱਲ ਠੀਕ ਹੈ, ਕਿਆ ਨਾਮ ਤੁਹਾਡਾ? ਠੀਕ ਹੈ, ਸਨਪ੍ਰੀਤ ਨਾਲ ਜਸ਼ਨ ਵੀ ਪੁੱਛ ਗਏ। ਸਨਪ੍ਰੀਤ, ਜਸ਼ਨ ਨੂੰ ਖਿਲਾਫ ਲਾ ਦੀ ਤੂੰ, ਕਿਤੇ ਜਸ਼ਨ ਐ ਸੰਗਦਾ ਰਹਿ ਜਾ ਕਿਤੇ। ਹਾਂ, ਕਿਤੇ ਇਹ ਵੀ ਸਾਡੇ ਅੰਕਲ ਗੁਆਂਢੀ ਹੈ, ਇਹ ਵੀ ਪੁੱਛ ਗਏ ਕਿ ਵਸੀ ਅੰਕਲ ਜੀ। ਅੰਕਲ ਸਤਿ ਸ਼੍ਰੀ ਅਕਾਲ ਜੀ। ਉਹ ਬੱਲੂ 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 ਬੱਲੂ, ਹੋਰ ਕੀ ਹਾਲ ਹੈ ਜੀ? ਪਾ ਹੁਣੀ ਪੁੱਜੇ ਆ ਜੀ, ਹੋਰ ਰਾਜੂ ਭਾਈ ਹੁਣੀ ਪੁੱਜ ਗਏ। ਪਾਪਾ ਜੀ ਕੀ ਹਾਲ ਹੈ ਜੀ? ਹੋਰ ਚੜ੍ਹਦੀ ਕਲਾ ਜੀ? ਹਾਂ, ਛੋਟੀ ਆ ਗਈ ਗੁੜੀਆ ਵੀ। ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਹੈ ਜੀ? ਠੀਕ ਹੈ ਜੀ। ਕਿੱਦਾਂ ਪਾ ਹੁਣੀ ਪੁੱਜੇ ਜੀ, ਉਹ ਦੇਖੋ ਉਹ ਵੀ ਕਿੱਦਾਂ ਉਹ ਅੰਕਲ ਪਛਾਣੇ ਨੇ, ਅੰਕਲ ਇੱਧਰ ਪਛਾਣ ਲੈ, ਪਛਾਣ ਲੈ। ਹਾਂ ਓਏ ਗੁੜੀਆ, ਹਾਂ ਅੰਦਰ ਕੌਣ ਹੈ? ਕੌਣ ਹੈ?
ਕੌਣ ਹੈ ਨੂਰ ਦੇ ਕੌਣ ਆਂਟੀ ਵੀ ਤੁਸੀਂ ਆ ਗਏ ਐਂਟਰਸ ਖਾਓ ਪੀਓ ਤੁਸੀਂ ਜੋ ਮਰਜ਼ੀ ਅਸੀਂ ਅੰਦਰ ਦੇਖ ਆਈ ਹੈ ਮਾਹੌਲ ਆਏ ਹਜੇ ਹੈ ਨਹੀਂ ਪਹਿਲਾਂ ਹੀ ਤੋ ਫੋਟੋ ਸੈਸ਼ਨ ਸ਼ੁਰੂ ਕਰ ਲਓ ਖਾਣਾ ਪੀਣਾ ਨਹੀਂ ਕੁਝ ਹੈ ਚਲ ਪੋਜ਼ ਬਣਾਓ ਥੋੜਾ ਸਮਾਈਲ ਹਜੇ ਤਾਂ ਵੀਡੀਓ ਬਣ ਰਹੀ ਹੈ पैलेस ते एंटर हुंदे सारी ना इत्थे सेल्फी पॉइंट है फिर इन्हां दा सेल्फी लैणी ते बणदी हुई है आंदे बाद चो खाना पीना बाद शुरू हुंदा है पहला फोटो शुरू हो जांदी है एदा ही आ फिर फोटो शूट पहला फिर बाद चो फिर गंदे हो जांदे ना ये बढ़ जांदे चलो आ जाओ लो जी आ जाओ एंटर तुहानूं दिखाईए एंट्रेंस पूरा माहौल क्या बात है महाराज क्या बात है बल्ले 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 क्या बात है भाई पैलेस बहुत वधिया है बड़ा है ना काफ़ी स्पेस है इहदी ते इत्थे हुण कुर्सी करसी बह जाएंगे तो चलो आ जाओ राजू भाजी फिर खा पी लिए कुछ तो जो मर्ज छको छोटा वाला डोसा टिक्की गोल गप्पे न्यूडल जो मर्ज छको छकाओ क्यों आप इदा ही है क्या क्या आइटम हैगी है बहुत कैंट काम चल रहा है खान पीन स्टार्टम है स्टार्टम स्टार्टम नहीं स्टार्टर स्टार्टर ये स्टार्टर है जी ठीक है जी खान पीन ये स्टार्टर दे विच जो भी हैगा खाओ पियो ते इधर आज लाइव परफॉर्मेंस होनी है पम्मा डुमेयाल साहब जी की साउंड है सैट हो रही है तो उस तो बाद पम्मा डुमेयाल जी की अज अखाड़ा लगाएंगे खुला दे विच खाना पीना फिर शुरू करता नरजीत भाजी अरे प्रभवीरा खा पी लिए कुछ पहला कि नहीं तोड़े भी जिम्मेवारी बहुत सी जिम्मेवारी बहुत हाँ रहनी हुई है नहीं करके जिम्मेवारी ज्यादा होने करके अभी थोड़ा जहा ध्यान साढ़ा कई पासे जा रहे हाँ हूँ अगले हफ्ते फिर इधर फोन मैं दूजा ला लेना बटन फेसबुक सब भरजाई लोकेशन किथे हाँ कहना मैं आंदोलन चलाना ना मैं व्हाट्सएप अंदर चलाना ना फेसबुक बटन वाला फोन ले लेना बदल रहे बहुत ही सत्कार जो स्वर्गीय मामा जी अमरीक सिंह सनोली उन्होंने कितने ना कितने घाट रखती है मालूम कर दिया कहीं अगला गीत गीत का नाम है मिठे करेले कली कली गल सुन वाली थोड़ी नजर हाँ जी बंदे दी उम्र बोल दी लो जी हुण खा पी के प्रोग्राम देख के हुण असीं चले साढ़े चार हो गए तो पम्मा डुमेवाल जी लाइव परफॉर्मेंस भी बहुत वधिया इंजॉय किया असीं तो हुण जी चलो चलो बहुत वधिया प्रोग्राम होया जी साढ़े गुआंढियां दा सी अपना ही घर का विआह है तो हाजरी फिर तुहानूं पता जरूरी सीगी तो बहुत इंजॉय किया चलो वाहिगुरू कृपा करे जी ब्याह तो बाद असीं ना नूर बेदी वाली साइड तो आ गए आनंदपुर साहब नूं ते इत्थे सकाई नर्सरी है इत्थों सानूं पीतकां दे बूटे लैणे अंकल ने सानूं बूटे देते ये वधिया हो गया इत्थे
ਇਹ ਹੁਣ ਅਸੀਂ ਆਪਣੇ ਫਾਰਮ ਹਾਊਸ ਨਾਲ ਘਰੇ ਜਾ ਕੇ ਲਾਵਾਂਗੇ ਅਨਾਰ ਇਹ ਗੁੜਹਲ ਜੋ ਇੱਕ ਗੁਲਾਬ ਦਾ ਫੁੱਲ ਲਿਆ ਕੜੀ ਪੱਤਾ ਲਿਆ ਗੁਲਾਬ ਦਾ ਫੁੱਲ ਲੈਣ ਦੀ ਕੀ ਲੋੜ ਸੀ ਮੈਂ ਹੈਗਾ ਤਾਂ ਹੈ ਬਹੁਤ ਸਾਰੇ ਲੈਣੇ ਟਾਈਮ ਲੱਗ ਹੀ ਜਾਂਦਾ ਫਿਰ ਮੈਂ ਤਾਂ ਅੰਕਲ ਵੀ ਹੁਣੀ ਗਏ ਹਾਂ ਦੇਖ ਬਾਗਬਾਨੀ ਦਾ ਕੰਮ ਐਂਟਰੀ ਸਾਰੀ ਗੇਟ ਖੋਲ ਦਾ ਹੋਰ ਵਧੀਆ ਰਿਹਾ ਠੀਕ ਰਿਹਾ ਆਪਾਂ ਹੌਲੀ ਹੌਲੀ ਲੈ ਜਾਂਗੇ ਨਾ ਕਮੈਂਟ ਕਰਕੇ ਜ਼ਰੂਰ ਦੱਸਿਓ ਅਸੀਂ ਤਾਂ ਬਹੁਤ ਇੰਜੋਏ ਕੀਤਾ ਉੱਥੇ ਤੇ ਅਗਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਫੇਰ ਮਿਲਾਂਗੇ ਉੱਥੋਂ ਤੱਕ ਸਾਨੂੰ ਦੇ ਦਿਓ ਇਜਾਜ਼ਤ।